ਇੱਕ ਦਿਨ ਦੀ ਗੱਲ ਹੈ, ਕਹਿੰਦੇ ਵੀ ਨੀਂਦ ਆਉਣ ਤੋਂ ਸੰਤਾਂ ਨੂੰ ਕਿਹਾ ਕੀ ਬਚਾਅ ਦਾ ਉਪਾਅ, ਸਾਰੀ ਰਾਤ ਸੰਤ ਜਾਗਿਆ ਕਰਦੇ, ਜਿਵੇਂ ਇੱਕ ਘੰਟਾ ਬਰਾਜਿਆ ਕਰਦੇ 12 ਤੋਂ 1 ਤੱਕ, ਨਹੀਂ ਤਾਂ 23 ਘੰਟੇ ਸਿਮਰਨ ਕੀ ਲਾਉਂਦੇ, ਕਥਾ ਕਿਤੇ ਸਿਮਰਨ ਵਿੱਚ ਤਾਰਿਆਂ ਦੀ ਸ਼ਾਮੀ ਕਥਾ ਕਰਾਇਆ ਕਰਦੇ। ਇਹ ਪੁੱਛਿਆ ਕਿਤੇ ਨਿਕਲ ਗਿਆ ਕਿਸੇ ਨੇ ਮਹਾਰਾਜ ਇੱਥੇ ਚੱਕੀ ਪੀ ਦੇ ਰਿਹਾ ਕਰੀਏ, ਫਿਰ ਨੀਂਦ ਤੋਂ ਬਚ ਰਹੀਗਾ। ਇਹ ਸੁਣ ਕੇ ਬਾਬਾ ਵਿਸ਼ਨੂੰ ਸਿੰਘ ਜੀ ਚੱਕੀ ਪੀਣ ਲੱਗ ਗਏ, ਰਾਤ ਨੂੰ ਚੱਕੀ ਪੀਆ ਕਰਨ। ਇਹ ਫਿਰ ਜਦੋਂ ਪਤਾ ਲੱਗਾ, ਸੰਤ ਆਪ ਚੱਕੀ ਦੇ ਨਾਲ ਆ ਕੇ ਲਾਗੇ, ਮਹਾਰਾਜ ਮੈਨੂੰ ਆਗਿਆ ਦੇ। ਫਿਰ ਇੱਕ ਦੋ ਦਿਨ ਤਾਂ ਸੰਤ ਵਿਸ਼ਨੂੰ ਸਿੰਘ ਨਾਲ ਬਹਿੰਦੇ ਰਹੇ, ਫਿਰ ਉਹਨੂੰ ਬੇਨਤੀ ਕੀਤੀ ਮਹਾਰਾਜ ਮੈਂ ਹੀ ਪੀਹਾ ਕਰਾਂਗਾ, ਆਪ ਸਾਰੀ ਰਾਤ ਇਸ ਗੱਲ ਪੀਆ ਕਰਦੇ। ਅਤੇ ਲੰਗਰ ਵਿੱਚ ਕੜਾਹ ਪ੍ਰਸ਼ਾਦ ਵਾਸਤੇ ਆਟਾ ਘੱਟ ਤੋਂ ਘੱਟ ਇਹਨਾਂ ਵੱਲੋਂ ਹੀ ਪਿਆ ਕਰਦਾ। ਇਸ ਪ੍ਰਕਾਰ ਜਦੋਂ ਸੇਵਾ ਹੁੰਦੀ, ਇੱਕ ਦਿਨ ਦੀ ਗੱਲ ਹੈ, ਰਾਤ ਨੂੰ ਵੱਡੀ ਰਾਤ ਸੀ, ਇੱਕ ਭਾਈ ਬਹੁਤ ਬਕਰਾਲ ਭਾਰੀ ਆਕਾਰ ਵਾਲਾ, ਜਿਹਦੇ ਪਾਠੀ ਮਜ਼ਬੀ ਹੱਥੀ ਪਕੜੀ ਹੈ, ਕੋਈ ਭਿਆਨਕ ਚੀਜ਼ ਆਈ। ਅਤੇ ਉਸ ਵੇਲੇ ਜਦੋਂ ਭਿਆਨਕ ਚੀਜ਼ ਆਈ, ਅਤੇ ਸੰਤ ਸੁੰਦਰ ਸਿੰਘ ਜੀ ਨੂੰ ਉੱਠ ਕੇ ਉਹਦੇ ਲੱਤ ਮਾਰੀ, ਜਦੋਂ ਲੱਤ ਮਾਰੀ ਉਹ ਕੋਈ ਚੀਜ਼ ਨਹੀਂ ਸੀ, ਕੰਧ ਵਿੱਚ ਲੱਤ ਵੱਜੀ। ਸੰਤ ਵਿਸ਼ਨੂੰ ਸਿੰਘ ਜੀ ਆ ਗਏ, ਕਹਿਣ ਲੱਗੇ ਪੁਰਖਾ ਇਹ ਤੇਰਾ ਕੋਈ ਪੂਰਵਲੇ ਜਨਮ ਦਾ ਬੈਰੀ ਸੀ, ਇਹ ਤੈਨੂੰ ਨਾਸ਼ ਕਰਨ ਵਾਸਤੇ ਆਇਆ ਸੀ, ਤੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਚੱਕੀ ਪੀਂਦਾ ਸੀ ਅਤੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ, ਇਹ ਤੇਰਾ ਪਾਪ ਇਉਂ ਖਤਮ ਹੋਇਆ, ਤੈਨੂੰ ਦਿਖਾਈ ਦੇ ਕੇ ਸਮਾਪਤ ਹੋ ਗਿਆ। ਇਸ ਪ੍ਰਕਾਰ ਕਰਦਿਆਂ ਕਰਾਉਂਦਿਆਂ ਸਾਧ ਸੰਗਤ ਜੀ ਬੜੀ ਪਹਿਲ ਕਰਦੇ, ਬੜਾ ਪਿਆਰ ਵਿੱਚ ਰਹਿੰਦੇ, ਸੰਤ ਮਹਾਰਾਜ ਬੜਾ ਪਿਆਰ ਕਰਦੇ, ਸੰਤ ਭਾਗ ਸਿੰਘ ਜੀ, ਹੋਰ ਮਹਾਤਮਾ ਬਹੁਤ ਸਾਰੇ ਸਾਧੂ ਨਾਲ ਰਿਹਾ ਕਰਦੇ, ਗਊਆਂ ਬਹੁਤ ਸਾਰੀਆਂ ਹੁੰਦੀਆਂ, ਉਹਦਾ ਦੁੱਧ ਹਮੇਸ਼ਾ ਰਾਤ ਨੂੰ ਸਾਰੇ ਸਾਧੂ ਨੂੰ ਇੱਕ ਗਲਾਸ ਪਿਆਇਆ ਜਾਇਆ ਕਰਦਾ, ਲੰਗਰ ਬੜਾ ਉੱਤਮ ਚਲਾਇਆ ਕਰਦੇ। ਪੀ ਵਿੱਚ ਬਾਬਾ ਵਿਸ਼ਨੂੰ ਸਿੰਘ ਜੀ ਨੇ ਚੜ੍ਹਾਈ ਕੀਤੀ। ਇਹ ਕੌਂਦ ਉਸ ਤੋਂ ਬਾਅਦ ਫਿਰ ਸੰਤ ਉੱਥੋਂ ਉਪਰਾਮ ਹੋ ਗਏ ਵੀ ਹੋਰ ਵਿੱਦਿਆ ਪੜ੍ਹੀਏ। ਵਿੱਦਿਆ ਪੜ੍ਹਾਉਣ ਵਾਸਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਜਿਹੜੇ ਸਨ, ਜਿਹਨਾਂ ਨੂੰ ਮੰਤਰੀ ਸੰਤਾਂ ਦਿੱਤੀ ਸੀ ਬੁਲਾਰੇ ਦੇ, ਉਹਨਾਂ ਮਹਾਂਪੁਰਖਾਂ ਨੇ ਬਾਬਾ ਹਰਨਾਮ ਸਿੰਘ ਜੀ ਬੇਦੀ ਸਨ ਗਏ ਅੰਮ੍ਰਿਤਸਰ ਬਹੁਤ ਬਿਰਦ, ਉਹਨਾਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਮਹਾਰਾਜ ਇੱਥੇ ਇਹਨਾਂ ਨੂੰ ਅਰਥ ਪੜ੍ਹਾਓ। ਸੰਤਾਂ ਨੂੰ ਦੁਬਾਰਾ ਫਿਰ ਉਹਨਾਂ ਦੇ ਪਾਸੋਂ ਅਰਥ ਪੜ੍ਹੇ, ਮੈਂ ਇਹ ਦਸਮ ਦੇ ਪਿਆਰੇ ਆਦਿ, ਕਿਉਂ ਪੂਰਨ ਗੁਰੂ ਮਹਾਰਾਜ ਸਾਹਿਬ ਜੀ ਦੇ ਬਾਣੀ ਦੇ ਚੰਗੇ ਮਾਰ ਹੋ ਕਰਕੇ ਫਿਰ ਉੱਥੇ ਮੁਰਾਲੇ ਤੋਂ ਸੰਤਾਂ ਨੇ ਆ ਕੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਅੰਮ੍ਰਿਤ ਛਕੇ। ਅੰਮ੍ਰਿਤ ਬਾਬਾ ਸਾਧੂ ਸਿੰਘ ਜੀ, ਨਿਹੰਗ ਸਿੰਘ ਸ਼ਹੀਦ ਬਾਗ ਵਾਲੇ, ਹੋਰ ਇਸ ਤਰ੍ਹਾਂ ਦੇ ਸਿੰਘ ਜਿਹੜੇ ਸਨ, ਉਹਨਾਂ ਨੂੰ ਅੰਮ੍ਰਿਤ ਜਾ ਕੇ ਸ਼੍ਰੀ ਇਹ ਭਾਵਨਾ ਸੀ ਕਿ ਜਿੱਥੇ ਮਹਾਰਾਜ ਖਾਲਸਾ ਦੰਦ ਸਾਜਿਆ ਉੱਥੇ ਚੱਲ ਕੇ ਅੰਮ੍ਰਿਤ ਛਕਣਾ। ਕੇਸਗੜ੍ਹ ਸਾਹਿਬ ਦੇ ਉੱਤੇ ਅੰਮ੍ਰਿਤ ਪ੍ਰਚਾਰ ਹੋਇਆ, ਆਪ ਜੀ ਨੇ ਇੱਥੇ ਅੰਮ੍ਰਿਤ ਪਾਨ ਕੀਤਾ, ਅੰਮ੍ਰਿਤ ਛਕ ਕਰਕੇ ਇੱਕ ਮੁਰਾਲੇ ਜਾ ਕੇ ਫਿਰ ਕਥਾ ਕੀਤੀ, ਫਿਰ ਇੱਕ ਬਦਲੀ ਕੀਤੀ, ਇੱਕ ਭਦੌੜ ਕੀਤੀ। ਇਸੇ ਪ੍ਰਕਾਰ ਭਦੌੜ ਦੀ ਕਥਾ ਤੋਂ 500 ਸਿੰਘਾਂ ਦੇ ਵਾਸਤੇ ਜੁੱਤਾ ਹਜ਼ੂਰ ਸਾਹਿਬ ਜਾ ਕੇ ਪੁਆਇਆ, ਹਜ਼ੂਰ ਸਾਹਿਬ ਜਾ ਕੇ 6 ਮਹੀਨੇ ਸਿਮਰਨ ਕਰਦੇ ਰਹੇ। ਇਸ ਪ੍ਰਕਾਰ ਸਾਹਿਬ ਜੀ ਹਜ਼ੂਰ ਸਾਹਿਬ ਦੀ ਕਥਾ ਕੀਤੀ, ਫਿਰ ਇਸੇ ਪ੍ਰਕਾਰ ਬਦਲੀ ਕੀਤੀ, ਅਤੇ ਉਸ ਤੋਂ ਬਾਅਦ ਇੱਕ ਪਿੰਡਰੀ ਕਥਾ ਕੀਤੀ। ਇਸ ਪ੍ਰਕਾਰ 6ਵੀਂ ਕਥਾ ਵਿੱਚ ਸੰਤ ਵਿਚਰ ਕੇ ਪ੍ਰਚਾਰ ਕਰਨ ਲੱਗੇ, ਹਜ਼ਾਰਾਂ ਸਿੰਘ ਮਸਤ ਹੋ ਜਾ ਕਰਨ ਸੁਣ ਕੇ ਕਥਾ, ਅੰਮ੍ਰਿਤ ਛਕਣ ਵਾਸਤੇ ਬੇਅੰਤ ਖੜ੍ਹੇ ਹੋ ਜਾ ਕਰਨ, ਉਹਨਾਂ ਨੂੰ 5 ਪਿਆਰਿਆਂ ਨੂੰ ਮਿਲ ਕੇ ਅੰਮ੍ਰਿਤ ਸੰਤ ਮਹਾਰਾਜ ਛਕਾਇਆ ਕਰਦੇ। ਤਕਰੀਬਨ ਆਪਣੀ ਰਾਜੂ 'ਚ ਮਹਾਂਪੁਰਖਾਂ ਦੀ ਲਿਸਟ ਮੇਰੇ ਪਾਸ ਲਿਖੀ ਹੋਈ ਹੈ, 10 ਲੱਖ ਪ੍ਰਾਣੀ ਨੇ ਸੰਤਾਂ ਨੂੰ 5 ਪਿਆਰਿਆਂ ਦੀ ਸੇਵਾ 'ਚ ਨਾਲ ਲਾ ਕੇ ਅੰਮ੍ਰਿਤ ਪਾਨ ਕੀਤੀ। ਇੰਨੀ ਭਾਰੀ ਸੇਵਾ ਸੰਤ ਮਹਾਰਾਜ ਨੇ, ਸੰਤ ਸੁੰਦਰ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਪ੍ਰਚਾਰ ਦੀ ਕੀਤੀ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਸਿੰਘ ਸਭਾ ਦੇ ਪ੍ਰਚਾਰ ਵੇਲੇ ਸਾਰੀਆਂ ਥਾਵਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ। ਜਦੋਂ ਖੋਤੀ ਮਹੱਲਾ ਸੀ ਨਾਮਧਾਰੀਆਂ ਦਾ, ਉੱਥੇ ਆਪ ਗਏ ਅਤੇ ਦੀਵਾਨ ਵੱਖਰਾ ਸਜਾ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਸ਼ਬਦ ਦੀ ਕਥਾ ਕੀਤੀ। ਨਾਮਧਾਰੀਆਂ ਦੇ ਪ੍ਰਤਾਪ ਸਿੰਘ ਦੇ ਪਾਸੋਂ ਸਾਰੇ ਉੱਠ ਕੇ ਜਿੰਨੇ ਲੋਕ ਸੀ ਸਾਰੇ ਇਹਨਾਂ ਦੇ ਪਾਸ ਕਥਾ 'ਚ ਆ ਗਏ। ਜਿਸ ਵੇਲੇ ਕਥਾ ਸੁਣ ਕੇ ਮੋਹਿਤ ਹੋ ਗਏ, ਸਾਰਿਆਂ ਨੂੰ ਅੰਮ੍ਰਿਤ ਛਕਿਆ ਉੱਥੇ। ਇਹ ਖੋਤੇ
ਜਿਹੜਾ ਇਹਨਾਂ ਨਾਮ ਧਾਰੀਆਂ ਨੂੰ ਹੋਲਾ ਮਹੱਲਾ ਬਣਾਇਆ ਸੀ, ਉਸ ਵੇਲੇ ਦੀ ਇਹ ਗੱਲ ਹੋਈ ਹੈ। ਉਦੋਂ ਬਾਦ ਸਾਹਿਬ ਸੰਗਤ ਜੀ ਸਿੰਘ ਸਾਹਿਬ ਦੇ ਵਿੱਚ ਮਿਲ ਕਰਕੇ ਪ੍ਰਚਾਰ ਕਰਦੇ ਰਹੇ। ਉਦੋਂ ਬਾਦ ਸਾਹਿਬ ਸੰਗਤ ਜੀ ਫਿਰ ਸਿੰਘ ਮੁਕਤਸਰ ਦਾ ਮੋਰਚਾ ਆਇਆ। ਮੁਕਤਸਰ ਦੇ ਮੋਰਚੇ ਦੇ ਵਿੱਚ ਮਹਾਂਪੁਰਖਾਂ ਨੇ ਸ੍ਰੀ ਟਿੱਬੀ ਸਾਹਿਬ ਦੇ ਉੱਤੇ ਜਾ ਕੇ ਸਿੰਘਾਂ ਨਾਲ ਸਲਾਹ ਕਰਕੇ ਅਤੇ ਜਿਹੜੇ ਇੱਥੋਂ ਦੇ ਸੰਘੇ ਪੁਜਾਰੀ ਇਹ ਸਾਰੇ ਜੀ ਨਨਕਾਣੇ ਸਾਹਿਬ ਸਿੰਘਾਂ ਨੂੰ ਸ਼ਹੀਦ ਕੀਤਾ ਜੋ ਕਰਨਾ ਚਾਹੁੰਦੇ ਹੈ, ਆਪਾਂ ਹੀ ਕਿਉਂ ਨਾ ਇਸ ਸੇਵਾ ਨੂੰ ਕਰੀਏ। 3000 ਸਿੰਘ ਨੂੰ ਨਾਲ ਲੈ ਕੇ ਆਪ ਜੀ ਜਿਨ੍ਹਾਂ ਦੇ ਨਾਲ ਉਹ ਲੀਡਰ ਵੀ ਲੜੇ ਹੋਏ ਸਨ, ਸਰਦਾਰ ਅਮਤਾਬ ਸਿੰਘ, ਬਾਬਾ ਖੜਗ ਸਿੰਘ, ਇਸ ਤਰ੍ਹਾਂ ਦੇ ਜਿੰਨੇ ਸਰਦਾਰ ਤੇਜਾ ਸਿੰਘ ਸਮੁੰਦਰੀ, ਇਹ ਸਿੰਘ ਸਾਰੇ ਸਨ। ਆਪ ਜੀ ਨੇ ਆ ਕੇ ਟੁੱਟੀ ਜਿੱਥੇ ਗੰਢੀ ਹੈ ਉੱਥੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੈਠ ਕੇ ਕੜਾਹ ਪ੍ਰਸ਼ਾਦ ਟਿੱਬੀ ਸਾਹਿਬ ਤੋਂ ਕਰਕੇ ਹੀ ਲਿਆਏ ਸੀ। ਪੀਰ ਗੁਰੂ ਕਰਦੇ ਨੇ ਆ ਕੇ ਅਖੰਡ ਪਾਠ ਜਾਰੀ ਕਰ ਦਿੱਤਾ। ਅਖੰਡ ਪਾਠ ਸ਼ੁਰੂ ਕਰਨ ਤੋਂ ਫਿਰ ਇਹ ਕਹਿਤਾ ਵੀ ਸਿੰਘ ਜਿੱਥੇ ਜਿੱਥੇ ਸੇਵਾਦਾਰ ਬੈਠਾ ਉੱਥੇ ਉੱਥੇ ਹੋਰ ਬੈਠਦੇ ਜਾਓ, ਕਿਉਂ ਉਹ ਸਾਰਾ ਅਸਥਾਨ ਭਰ ਦਿੱਤਾ। 28 ਦਿਨ ਸਾਹਿਬ ਸੰਗਤ ਜੀ ਮੋਰਚਾ ਲੱਗਾ ਰਿਹਾ। ਮੋਰਚਾ ਲੱਗਣ ਤੋਂ ਕਦੇ ਉਹ ਛਵੀਆਂ ਲੈ ਕੇ ਆਉਂਦੇ ਆ, ਕਦੇ ਗੁਰਦਾਸੀਆਂ ਲਿਆਉਂਦੇ ਆ, ਕਦੇ ਮਿੱਟੀ ਦੇ ਤੇਲ, ਕਦੇ ਪੈਟਰੋਲ ਇਕੱਠਾ ਕਰਦੇ ਆ। ਪਰ ਇਹੋ ਜਿਹਾ ਸੰਤ ਪ੍ਰਚਾਰ ਕਰਦੇ, ਤੰਬੂ ਸਾਹਿਬ ਰੋਜ਼ ਦੀਵਾਨ ਲਾਇਆ ਕਰਨ। ਕਿਆ ਕਰਨ ਖਾਲਸਾ ਜੀ, ਦੱਸੋ ਤੁਸੀਂ, ਜਿਹੜਾ ਤਹਿਸੀਲਦਾਰ ਦਾ ਪੁੱਤ ਅਨਪੜ੍ਹ ਹੋਵੇ ਉਹ ਵੀ ਤਹਿਸੀਲਦਾਰ ਹੋ ਸਕਦਾ, ਅਤੇ ਤੁਸੀਂ ਪੁਜਾਰੀ ਹੋ ਅਤੇ ਪੁਜਾਰੀ ਤੁਹਾਡੇ ਪੁੱਤਰ ਜਿਹੜੇ ਮੂੰਹ ਮੁੰਨੇ ਹੋਏ ਆ, ਸਿਗਰਟਾਂ ਪੀਂਦੇ ਆ, ਸ਼ਰਾਬਾਂ ਪੀਂਦੇ ਆ, ਰਹਿਤ ਰੱਖਦੇ ਨਹੀਂ, ਅੰਮ੍ਰਿਤ ਛਕਿਆ ਨਹੀਂ, ਬਾਣੀ ਦੇ ਪਾਠੀ ਨਹੀਂ, ਤੁਸੀਂ ਵੀ ਭਾਈ ਪੁਜਾਰੀ ਹੋ ਸਕਦੇ, ਕਿਉਂ ਕਹਿ ਕੇ ਉਹਨਾਂ ਨੂੰ ਐਸਾ ਮਿੱਠਾ ਬਚਨ ਕਰਨੇ, ਸਾਰਿਆਂ ਨੂੰ ਸ਼ਾਂਤ ਹੋ ਜਾਣਾ। 28 ਦਿਨ ਸਹੀ ਸਲਾਮਤ ਇਸ ਮੋਰਚੇ ਦੇ ਵਿੱਚ ਬੜੀਆਂ ਬੇਅਦਬੀਆਂ ਕਰਨ ਵਾਸਤੇ ਲੋਕਾਂ ਨੇ ਯਤਨ ਕੀਤੇ। ਇੱਕ ਲੜਕੀ ਲਿਆ ਕੇ ਆਪਦੇ ਬਸਤਰ ਉਤਾਰ ਕੇ ਖੜੀ ਰਹੀ, ਸੰਤਾਂ ਨੇ ਕਿਹਾ ਖਾਲਸਾ ਜੀ ਨੀਵੀਆਂ ਪਾ ਲਓ। ਸਾਰਿਆਂ ਨੂੰ ਨੀਵੀਆਂ ਪਾ ਲਈਆਂ, ਕੋਈ ਨਾ ਝਾਕਿਆ, ਆਪੇ ਥੋੜ੍ਹੇ ਮਿੰਟ ਠਹਿਰ ਕੇ ਭੱਜ ਗਈ ਉੱਥੋਂ। ਇਸ ਤੋਂ ਬੜੇ ਚਾਂਸ ਹੁੰਦੇ ਰਹੇ ਉਸ ਵਕਤ, ਅਤੇ ਉਸ ਵੇਲੇ ਮਹਾਰਾਜਾ ਪਟਿਆਲੇ ਦੇ ਅੰਦਰ ਚਾਲ ਸੀ, ਮੈਂ ਗੌਰਮੈਂਟ ਦੀ ਚੱਕ ਸੀ, ਅਤੇ ਭੁਪਿੰਦਰ ਸਿੰਘ ਜਥੇਦਾਰ ਪੰਥ ਦਾ ਬਣ ਗਏ, ਅਤੇ ਫਿਰ ਪੰਥ ਨੂੰ ਖੇਰੂ ਖੇਰੂ ਕਰ ਦੀ। ਉਹ ਤਾਰਾਂ ਆਇਆ ਕਰਨ, ਸਾਰੀਆਂ ਤਾਰਾਂ ਸਭ ਦੀਵਾਨ 'ਚ ਸੁਣਾ ਦਿਆ ਕਰਨ। ਇਸ ਪ੍ਰਕਾਰ ਸ਼ਾਂਤ ਦੇ ਨਾਲ ਸਾਹਿਬ ਸਿੰਘ ਜੀ 28 ਦਿਨ ਵਿੱਚ ਉਹ ਮੋਰਚਾ ਸਹੀ ਸਲਾਮਤ ਪੂਰਾ ਨਿਭਾ ਕੇ ਸੰਤਾਂ ਨੂੰ ਪੰਥ ਦੇ ਹਵਾਲੇ ਕੀਤਾ। ਇਹ ਮੁਕਤਸਰ ਦੇ ਮੋਰਚੇ ਵਿੱਚ ਸੇਵਾ ਕਰ। ਫਿਰ ਦਿਲ ਠਕਰਾਉਣ ਦਾ ਵਕਤ ਆਇਆ, ਦਿਲ ਠਕਰਾਉਣ ਨਾ ਦੇਣ ਪੰਥ ਦੇ ਤਾਈ, ਦੀਵਾਨ ਲਾਉਣ ਨਾ ਦੇਣ। ਸੰਤਾਂ ਨੇ ਕਿਹਾ ਪਹਿਲਾਂ ਜ਼ਿਲ੍ਹੇ ਵੀ ਚੱਲ ਕੇ ਲਾਓ ਸਾਰੇ, ਜ਼ਿਲ੍ਹੇ 'ਚ ਇਕੱਠਣਾ ਹੋਣ ਦੇਣ ਲੁਧਿਆਣੇ ਵਿੱਚ। ਆਪ ਜੀ ਨੂੰ ਉਸ ਵੇਲੇ ਯਤਨ ਕੀਤਾ, ਰਸਤਾ ਸਿੰਘਾਂ ਦੇ ਪਾਸੋਂ ਪਹੁੰਚਾ ਕੇ ਜਾ ਕੇ ਆਟਾ ਗੁੰਨਣ ਲੱਗ ਗਏ। ਆਟਾ ਗੁੰਨਿਆ, ਲੰਗਰ ਪਕਾਇਆ, ਪੰਗਤ ਲਾ ਤੀ। ਪੰਗਤ ਲਾਉਣ ਤੋਂ ਵਿੱਚ ਸਾਰੇ ਪੁਲਸੇ ਆਦਮੀ ਨੂੰ ਕਿਹਾ ਤੁਸੀਂ ਵੀ ਸਕੋ, ਸਾਰੇ ਲੱਗ ਗਏ ਸ਼ਗਨ। ਸ਼ਗਨ ਵੇਲੇ ਉੱਥੇ ਹੀ ਖੜ ਗਏ ਸਟੇਜ 'ਤੇ, ਖੜ ਕੇ ਕਹਿਣ ਲੱਗੇ, ਦੱਸੋ ਭਾਈ ਜਿਹੜਾ ਵੇਲੋ ਹੈ ਇਹ ਪੰਥ ਨੂੰ ਜੇ ਪ੍ਰਮਾਣ ਨਹੀਂ ਤਾਂ ਅਸੀਂ ਠੁਕਰਾਉਂਦੇ ਹਾਂ। ਲਓ ਤੁਸੀਂ ਜੇ ਦੱਸੋ ਸਿੱਖਾਂ ਨੂੰ ਇਹ ਪ੍ਰਮਾਣ ਨਹੀਂ ਕਿਵੇਂ ਮੰਨਿਆ ਜਾਏ। ਜਦੋਂ ਉੱਥੇ ਠੁਕਰਾ ਤਾਂ ਸਾਰੀ ਥਾਈ ਰੌਲਾ ਪੈ ਗਿਆ। ਫਿਰ ਫਿਰੋਜ਼ਪੁਰ 'ਚ ਜਾ ਕੇ ਦੀਵਾਨ ਲਾਇਆ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਜਦੋਂ ਜੇਤੋ ਦੇ ਮੋਰਚੇ ਜੱਥੇ ਗਏ ਹੈ, ਆਪ ਜੀ ਨੇ ਪਹਿਲੇ ਜੱਥੇ ਨਾਲ ਜਾ ਕੇ ਤਲਵੰਡੀ ਮਿਲੇ ਹੈ, ਉੱਥੇ ਤਲਵੰਡੀ ਪ੍ਰਚਾਰ ਕੀਤਾ ਹੈ। ਲੋਕਾਂ ਨੂੰ ਪੁੱਛਿਆ ਕਿ ਲੋਕੋ ਜੇ ਕੋਈ ਸਰੀਰ ਛੱਡ ਗਏ ਉਸ ਦੇ ਨਾਲ ਕਿੰਨੇ ਆਦਮੀ ਮਗਰ ਜਾਂਦੇ ਹੋ, ਇਹ ਜਿਉਂਦੇ ਸ਼ਹੀਦ ਆਪਣੇ ਸਿਰਾਂ 'ਤੇ ਖੱਫੜ ਬੰਨ ਕੇ ਜਾਂਦੇ ਹੈ। ਉਹ ਸਾਰੇ ਹੀ ਲੋਕ ਉੱਠ ਕੇ ਤੁਰ ਪਏ, ਜਿਹਨਾਂ ਦੀ ਜੈਤੋ 'ਚ ਜਾ ਕੇ ਕੁਰਬਾਨੀ ਹੋਈ ਉਹ ਨਾਲ ਤਲਵੰਡੀ ਤੋਂ ਲਾ ਕੇ ਤੁਰ ਕੇ ਗਏ ਸੀ। ਇੱਡਾ ਵੱਡਾ ਸਾਹਿਬ ਸੰਗਤ ਜੀ ਆਪਦਾ ਅਸਰ ਸੀ ਪ੍ਰਚਾਰ। ਫਿਰ ਜਿਸ ਵੇਲੇ ਦੂਜਾ ਜਥਾ ਮੋਗੇ ਆਇਆ, ਉਸ ਵੇਲੇ ਆਪ ਜੀ ਨੇ ਭੁੱਖ ਹੜਤਾਲ ਉਸ ਵੇਲੇ ਲੋਕਾਂ ਨੂੰ ਰੱਖੀ, ਅਤੇ ਉਸ ਦਿਨ ਪਾਣੀ ਸਾਰਿਆਂ ਨੂੰ ਬੰਦ ਕੀਤਾ, ਕੋਈ ਨਾ ਕੋਈ 6 ਘੰਟੇ ਮਤਵਾਤਰ ਪਾਣੀ ਨਹੀਂ ਪੀਤਾ।
ਜੇ ਕੋਈ ਹੋਰ ਬੋਲੇ ਤਾਂ ਰੌਲਾ ਪੈਣ ਲੱਗ ਜੇ। ਆਪ ਜੀ ਦੀ ਐਸੀ ਮਿੱਠੀ ਤਸੀਰ ਸੀ, ਆਵਾਜ਼ ਸੀ, ਸਾਰੇ ਲੋਕ ਦਸਮਾਦ ਹੋ ਗਏ। ਮਹਾਰਾਜ ਪੁਰਖਾਂ ਨੇ ਸੰਤਾਂ ਨੂੰ ਕਿਹਾ ਕਿ ਭਾਈ ਅੱਜ ਪੰਥ ਦਾ ਹੁਕਮ ਹੈ ਕਾਲੀਆਂ ਦਸਤਾਰਾਂ ਬੰਨਣ ਦਾ, ਅਤੇ ਤੁਸੀਂ ਦੱਸੋ ਕਿ ਕਾਲੀਆਂ ਦਸਤਾਰਾਂ ਕਿੰਨੀਆਂ ਕੁ ਬੰਨੀਆਂ। ਅਤੇ ਉਸ ਵੇਲੇ ਸਾਹਿਬ ਸੰਗਤ ਜੀ ਥੋੜ੍ਹੇ ਜਿਹੇ ਸਿੰਘ ਸੀ ਕਾਲੀਆਂ ਦਸਤਾਰਾਂ ਵਾਲੇ, ਕਹਿੰਦੇ ਇੰਨੇ ਕੀ ਹੋ ਕੁਰਬਾਨੀ ਕਰਨ ਵਾਸਤੇ, ਜੇਤੋ ਜਾਣ ਨੂੰ ਚੱਕੋ ਬਾਹਰ ਸਾਰੇ, ਸਾਰਿਆਂ ਨੂੰ ਬਾਹਰ ਚੱਕੀਆਂ ਵੀ ਅਸੀਂ ਸਾਰੇ ਤਿਆਰ ਹੈ ਜੇਤੋ ਜਾਣ ਵਾਸਤੇ। ਕਹਿਣ ਲੱਗੇ ਫਿਰ ਸਾਰੇ ਅਕਾਲੀ ਬਾਣਾ ਪੈਰੋ ਸਾਰਿਆਂ ਦੇ ਕੜਾਹਾਂ ਵਿੱਚ, ਉੱਥੇ ਮੋਗੇ ਦੇ ਵਿੱਚ ਮਾਈਆਂ ਦੇ ਵੀ ਸਿੰਘਾਂ ਦੇ ਵੀ ਸਾਰਿਆਂ ਦੇ ਕਾਲੇ ਦਸਤਾਰੇ ਬਣਾ ਤੇ, ਆਪ ਵੀ ਕਾਲਾ ਦਸਤਾਰਾ ਸਜਾਇਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹਨਾਂ ਨੇ ਅਕਾਲੀ ਲਹਿਰ ਵਿੱਚ ਬੜੀ ਭਾਰੀ ਕੁਰਬਾਨੀ ਅਤੇ ਬੜੀ ਸੇਵਾ ਕਰਦੇ ਨੇ। ਇਸ ਪ੍ਰਕਾਰ ਦੀ ਕੁਰਬਾਨੀ ਕਰਨ ਵਾਲੇ ਉਹ ਗੁਰਮੁਖ ਪੰਥ ਦੇ ਕੁਰਬਾਨੀ ਦੇ ਪੁਤਲੇ ਅੱਜ ਉਹਨਾਂ ਮਹਾਂਪੁਰਖਾਂ ਨੇ ਫਿਰ ਉਹਨਾਂ ਨੂੰ ਬੜੇ ਸਿਮਰ ਭਜਨ ਪਾਠ ਕੀਤੇ ਹਨ। ਪਾਠ ਆਪ ਜੀ ਨੇ ਕਿਸੋ ਸਿਪਾਹੀ ਭਿੰਡਰੀ ਚੜਾਈ, ਅਤੇ ਇਸੇ ਪ੍ਰਕਾਰ ਆਪ ਜੀ 25-25 ਪਾਠਾਂ ਦੇ ਨਾਲ ਆਪ ਨੂੰ ਭਿੰਡਰੀ ਬੋਤਾ ਰਿਹਾ ਹੈ। ਇਸੇ ਤਰ੍ਹਾਂ ਛੁਪਾਲੇ ਵੀ ਕੀਤੇ, ਭਿੰਡਰੀ ਵੀ ਕੀਤੇ। ਇਸ ਪ੍ਰਕਾਰ 1100 ਪਾਠ 25-25 ਪਾਠ ਰੱਖ ਕੇ ਸਪਤਾਹ ਦੇ ਵਿੱਚ ਪ੍ਰਚਾਰ ਕਰਕੇ ਸੱਤਾਂ ਦਿਨਾਂ ਵਿੱਚ ਸਿੱਖ ਸੰਗਤਾਂ ਨੂੰ ਪਾਠੀ ਲਾ ਲਾ ਕੇ ਬਹੁਤ ਸਾਰਾ ਇਸ ਪ੍ਰਕਾਰ ਪ੍ਰਚਾਰ ਕਰਦੇ ਰਹੇ। ਬਲਕਿ ਮੈਨੂੰ ਹੋਰ ਗੱਲ ਭੁੱਲ ਗਈ ਹੈ, ਜਦੋਂ ਆਪ ਲਵਾਣਿਆਂ ਦੇ ਇਲਾਕੇ 'ਚ ਗਏ ਹੈ ਸੰਤ ਪ੍ਰੇਮ ਸਿੰਘ ਜੀ ਨਾਲ ਸੁਣ ਅਤੇ ਬਾਬਾ ਭਾਗ ਸਿੰਘ ਜੀ, ਇਹ ਸਾਰੇ ਇਕੱਠੇ ਹੀ ਇੱਥੇ ਗਏ ਹਨ। ਜਿਸ ਵੇਲੇ ਟਾਂਡੇ ਗਏ ਹੈ, ਟਾਂਡੇ ਜਾ ਕੇ ਉਹ ਵੇਖਿਆ ਉਹਨਾਂ ਦੇ ਜਿਵੇਂ ਹੁੰਦੇ ਆ ਨਾ ਆਪਣੇ ਗੱਡੀਆਂ ਵਾਲਿਆਂ ਦੇ ਲੀਡਰ, ਇਹੋ ਜਿਹੇ ਪਾਏ ਹੋਏ ਲੋਕਾਂ ਨੇ। ਮਹਾਂਪੁਰਖਾਂ ਨੇ ਕਿਹਾ ਜੀ ਪੰਜਾਬੀ ਸਾਰੇ ਬਸਤਰ ਪਹਿਰੋ, ਸਾਰੇ ਕਛਹਿਰੇ ਪਾਓ, ਮਾਈਆਂ ਵੀ ਕਛਹਿਰੇ ਪਾਓ। ਉਸ ਵੇਲੇ ਐਡਾ ਅਸਰ ਹੋਇਆ ਉਸ ਪ੍ਰਚਾਰ ਦਾ, 10,000 ਆਦਮੀ ਨੂੰ ਲਵਾੜੀਆਂ ਦੇ ਨੂੰ ਇੱਕੇ ਵਾਰੀ ਅੰਮ੍ਰਿਤ ਸਿੰਘਾਂ ਨੇ 23 ਘੰਟੇ ਛਕਾਇਆ। ਕਮਰਾਂ ਦੁਖਣ ਲੱਗ ਗਈਆਂ, ਛਕਾਉਂਦੀਆਂ ਗਈਆਂ। ਇਸ ਪ੍ਰਕਾਰ ਐਡਾ ਵੱਡਾ ਪ੍ਰਚਾਰ ਕੀਤਾ ਉਹਨਾਂ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਬੜੇ ਬੜੇ ਪੈਮਾਨੇ ਦੇ ਪ੍ਰਚਾਰ ਉਹਨਾਂ ਬਜ਼ੁਰਗਾਂ ਨੇ ਪੰਥੀ ਲਹਿਰ ਵਿੱਚ ਮਿਲ ਕੇ ਕੀਤੇ ਹੈ। ਐਡੀ ਐਡੀ ਸੇਵਾ ਕੀਤੀ ਹੈ ਉਹਨਾਂ ਪਿਆਰਿਆਂ ਦੇ। ਅੱਜ ਵਾਹਿਗੁਰੂ ਦੇ ਚਰਨਾਂ 'ਚ ਚੜ੍ਹਾਈ ਕਰਨ ਦਾ ਦਿਨ ਹੈ। ਫਿਰ ਉਹਨਾਂ ਨੇ 1,28,000 ਸ੍ਰੀ ਜਪ ਸਾਹਿਬ ਦਾ ਪਾਠ ਬੋਪਾ ਰਾਵੀ 40 ਸਿੰਘ ਰੱਖ ਕੇ ਕਰਵਾਇਆ। ਆਪਦੇ ਪਾਸੋਂ ਸਾਰੀ ਹਿੰਮਤ ਨਾਲ ਉਹਨਾਂ ਦੀ ਸੇਵਾ, ਲੰਗਰ ਦੀ, ਦੁੱਧ ਦੀ, ਘਿਓ ਦੀ ਬੜੇ ਖੁੱਲ੍ਹੇ ਕਰਦੇ ਰਹੇ। ਫਿਰ ਆਪ ਜੀ ਨੂੰ 1,90,000 ਪਾਠ ਜਾਪ ਸਾਹਿਬ ਦੇ ਕਰਾਉਣਾ ਕੀਤੇ। ਇਸ ਪ੍ਰਕਾਰ ਸਿੰਘਾਂ ਤੋਂ ਬੜਾ ਭਜਨ ਬੰਦਗੀ ਕਰਾਇਆ ਕਰਦੇ। ਜਿਹੜਾ ਸਿੰਘ ਪੰਜ ਗ੍ਰੰਥੀ ਦਾ ਪਾਠ ਨਾ ਕਰੇ, ਪੰਜ ਬਾਣੀ ਦਾ ਪਾਠ ਨਾ ਕਰੇ, ਉਹਨੂੰ ਨਾਲ ਨਹੀਂ ਸੀ ਰੱਖਿਆ ਕਰਦੇ। ਜਿਹੜਾ ਰਹਿ ਤੁਹਾਨੂੰ ਰੱਖੇ, ਉਹਨੂੰ ਨਾਲ ਨਹੀਂ ਸੀ ਰੱਖਦੇ। ਇਹ ਉਹਨਾਂ ਦਾ ਨਿਯਮ ਸੀ ਹਮੇਸ਼ਾ ਲਈ। ਇਸ ਪ੍ਰਕਾਰ 21 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਪੜ੍ਹਾਈ। ਸਾਰੇ ਦੇਸ਼ ਸੰਤਾਂ ਨੂੰ ਫਿਰ ਕਰਕੇ ਆਪ ਜੀ ਦਾ ਵਿਚਰਨਾ ਜਿਹੜਾ ਉਹ ਰਮੇਸ਼ਵਰ ਤੱਕ ਗਏ ਹੈ, ਇੱਧਰ ਕਾਬਲ ਤੱਕ ਗਏ ਹੈ, ਕਸ਼ਮੀਰ ਵਿੱਚ ਸੰਤ ਭਾਗ ਸਿੰਘ ਜੀ ਮਹਾਰਾਜ ਦੇ ਨਾਲ ਇਕੱਠੇ ਹੀ ਗਏ ਸਨ। ਇਸ ਪ੍ਰਕਾਰ ਸਾਹਿਬ ਸੰਗਤ ਜੀ ਵਿਚਰ ਕੇ ਬੜਾ ਸੰਗਤਾਂ 'ਚ ਪ੍ਰਚਾਰ ਕੀਤਾ ਆਪ ਜੀ ਨੇ। ਉਸ ਪ੍ਰਚਾਰ ਦਾ ਸਦਕਾ ਅੱਜ ਸਾਰਿਆਂ ਟਾਪੂਆਂ 'ਚ, ਸਾਰਿਆਂ ਦੇਸ਼ਾਂ ਵਿੱਚ ਗੁਰੂ ਸਾਹਿਬ ਦੇ ਸਿੱਖ ਉਹਨਾਂ ਮਹਾਂਪੁਰਖਾਂ ਦੇ ਤਾਈ ਚੇਤੇ ਕਰਦੇ ਹੈ ਕਿ ਐਡੀ ਪੰਥ ਦੀ ਸੇਵਾ ਇੰਨੀ ਫਿਰ ਨਿਰਮਾਣ ਹੋ ਕੇ, ਜੇ ਕਿਤੇ ਜਿਸ ਵੇਲੇ ਚੜ੍ਹਾਈ ਕਰਨ ਲੱਗੇ ਹੈ ਉਸ ਵੇਲੇ ਕਹਿਣ ਲੱਗੇ ਇੱਕ ਹਰਭਗਤ ਸਿੰਘ ਬੜਾ ਕੱਟੜਾ ਲੁਧਿਆਣੇ ਦਾ, ਉਹ ਕਹਿਣ ਲੱਗਾ ਗਿਆਨੀ ਕਹਿੰਦਾ ਜੇ ਤੁਸੀਂ ਵਿਗਾੜੇ ਰਾਧਾ ਸੋਨੇ ਨੇ ਇੰਨੇ ਵਿਗਾੜ ਤੇ, ਬਾਬੇ ਰਾਮ ਸਿੰਘ ਦੇ ਇੰਨੇ ਚੇਲੇ ਲੋਕ ਬਣ ਗਏ ਤੇ ਤੁਸੀਂ ਵੀ ਪੰਥ ਨੂੰ ਅੱਧੇ ਨੂੰ ਵਿਗਾੜ ਸਕਦੇ ਸੀ, ਪਰ ਤੁਹਾਨੂੰ ਤੁਸੀਂ ਆਪ ਗੁਰੂ ਕੇ ਸਿੱਖ ਬਣ ਕੇ ਰਹੇ, ਲੱਖਾਂ ਨੂੰ ਗੁਰੂ ਕੇ ਖੰਡੇ ਦਾ ਅੰਮ੍ਰਿਤ ਛਕਾਇਆ ਤੇ ਆਪ ਨਹੀਂ ਕੁਝ ਬਣੇ, ਸਭ ਕੁਝ ਪੰਥ ਨੂੰ ਸਮਝਿਆ, ਇਹ ਤੁਹਾਡੀ ਵਡਿਆਈ ਹੈ,
ਰੋਣ ਲੱਗ ਜਾਵੇ ਇਸ